ਅੱਜ ਅਸੀਂ 70-70 ਸਾਲ ਦੀ ਉਮਰ ਦੇ ਮਾਸ਼ਾਅੱਲਾ ਦੋ ਬਜ਼ੁਰਗਾਂ ਕੋਲ ਮੌਜੂਦ ਹਾਂ। ਔਰ ਇਹ ਬਜ਼ੁਰਗ ਬੜੇ ਅਰਸੇ ਤੋਂ ਗੋਟ ਫਾਰਮਿੰਗ ਕਰਦੇ ਨੇ ਅਤੇ ਅੱਜ ਇਹਨਾਂ ਕੋਲੋਂ ਪੁੱਛਾਂਗੇ ਕਿ ਗੋਟ ਫਾਰਮਿੰਗ ਦਾ ਬਿਜ਼ਨਸ ਕੈਸਾ ਹੈ ਅਤੇ ਇਹਨਾਂ ਦੇ ਤਜਰਬੇ ਦੇ ਮੁਤਾਬਿਕ ਇਹ ਕੀ ਇਹਨਾਂ ਦਾ ਸੁਜੈਸਟ ਕਰਦੇ ਨੇ ਕਿ ਕਰਨਾ ਚਾਹੀਦਾ, ਸੇਫ ਹੈ, ਕੋਈ ਖਤਰਾ ਹੈ, ਅਤੇ ਇਹੋ ਜਿਹੀ ਮਜ਼ੀਦ ਇਨਫੋਰਮੇਸ਼ਨ ਵਾਸਤੇ ਵੀਡੀਓ ਸਟਾਰਟ ਕਰਨੇ ਹਾਂ। ਅਸਲਾਮ ਵਾਲੇਕਮ ਬਜ਼ੁਰਗ, ਕੀ ਹਾਲ ਜੇ? ਅੱਲਾ ਦਾ ਫਜ਼ਲ ਸ਼ੁਕਰੀਆ। ਅੱਲਾ ਜਨਾਬ ਠੀਕ ਠਾਕ ਆ। ਬਜ਼ੁਰਗ ਤੁਹਾਡਾ ਕੀ ਹਾਲ ਹੈ? ਠੀਕ ਠਾਕ ਆ ਜੀ, ਅੱਲਾ ਦਾ ਫਜ਼ਲ ਸ਼ੁਕਰੀਆ ਅੱਲਾ ਦਾ ਜੀ, ਅੱਲਾ ਪਾਕ ਦਾ ਕਰਮ ਹੈ। ਅੱਛਾ ਬਜ਼ੁਰਗ ਦੱਸੋ, ਬੱਕਰੀਆਂ ਦਾ ਕਾਰੋਬਾਰ ਕੈਸਾ ਹੈ? ਬੜਾ ਸੋਹਣਾ ਕਾਰੋਬਾਰ ਜੀ, ਬੜਾ ਜ਼ਾਫ ਹੈ ਇਸ ਮਾਲ ਦੇ ਵਿੱਚ। ਅੱਛਾ, ਬੜਾ ਇਨਸ਼ਾਅੱਲਾ। ਇਹ ਸਾਲ ਦੇ ਵਿੱਚ ਦੋ ਸੂਏ ਸੂ ਜਾਂਦੀਆਂ ਨੇ। ਅੱਛਾ, ਦੋ ਦੋ ਤਰ੍ਹਾਂ ਤਰ੍ਹਾਂ ਬੱਚੇ ਦਿੰਦੀਆਂ ਨੇ। ਅੱਛਾ ਹੈ ਜੀ, ਇਹ ਸਾਲ ਦੇ ਵਿੱਚ ਕੁਝ ਦਾ ਕੁਝ ਪਈਆਂ ਕਰਦੀਆਂ ਨੇ। ਤੁਸੀਂ ਕਹੇ ਜਿਉਂਦੀਆਂ ਬੱਚੀਆਂ ਰਹਿਣ ਤੇ? ਜਿਉਂਦੀਆਂ ਬੱਚੀਆਂ ਰਹਿਣ ਤੇ। ਜਿਉਂਦੀਆਂ ਬੱਚੀਆਂ ਰਹਿਣ ਵਾਸਤੇ ਕੀ ਕੀ ਕਰਨਾ ਪੈਂਦਾ? ਇਹਨਾਂ ਵਿੱਚ ਜੀ ਟੀਕੇ ਸ਼ੀਕੇ ਲਵਾਉਣੇ ਪੈਂਦੇ ਨੇ, ਗੋਲੀਆਂ ਨਾਲ ਦਵਾਈ ਦੇਣੀ ਪੈਂਦੀ ਹੈ, ਕੈਪਸੂਲ ਦੇਣੇ ਪੈਂਦੇ ਨੇ ਇਹਨਾਂ ਨੂੰ। ਅੱਛਾ, ਕੀੜਿਆਂ ਦੇ ਕਿਰਮਾਂ ਦੇ ਇਹਨਾਂ ਵਾਸਤੇ ਨਾ ਇਹ ਕੋਈ ਬੜਾ ਕੁਝ ਜ਼ਰੂਰੀ ਹੈ। ਉਹ ਵੀ ਸਾਉਣ ਭਾਦੋਂ ਜਾ ਕੇ, ਜਦੋਂ ਜ਼ਿਆਦਾਤਰ ਨਾ ਉਦੋਂ ਇਹ ਗਿੱਲੜ ਹੋ ਜਾਂਦਾ। ਸਾਲ ਦੇ ਮੌਸਮ ਵਿੱਚ ਬਿਮਾਰੀਆਂ ਲੱਗਦੀਆਂ? ਬਿਮਾਰੀਆਂ ਬਰਸਾਤ ਦੇ ਮੌਸਮ ਵਿੱਚ ਲੱਗਦੀਆਂ ਨੇ। ਅੱਛਾ, ਕਿਹੜੀ ਕਿਹੜੀ ਬਿਮਾਰੀ ਲੱਗਦੀ ਹੈ? ਇਹ ਗਿੱਲੜ ਹੋ ਜਾਂਦਾ ਜਨਾਬ ਇਹਨਾਂ ਨੂੰ। ਅੱਛਾ, ਜ਼ਿਆਦਾਤਰ ਬਿਮਾਰੀ ਗਿੱਲੜ ਦੀ ਹੈ। ਠੀਕ ਹੈ, ਗਿੱਲੜ ਜਿਹੜਾ ਗਲ 'ਚ ਹੋ ਜਾਂਦਾ, ਗਲ ਘੋਟੂ ਜਿਹਨੂੰ ਆਉਂਦੇ ਨੇ, ਉਹ ਹੋ ਜਾਂਦਾ। ਉਹਦਾ ਇਲਾਜ ਕੀ ਕਰਦੇ? ਉਹਦਾ ਇਲਾਜ ਇਹੋ ਜੀ, ਗੋਲੀਆਂ ਛੋਲੀਆਂ ਦਿੰਦੇ ਹਾਂ, ਨੈਲਜ਼ੈਨ ਦਿੰਦੇ ਹਾਂ। ਠੀਕ ਹੈ, ਨੈਲਜ਼ੈਨ ਉਹਦੇ ਵਿੱਚ ਛੁੜਕ ਜਾਂਦੀਆਂ ਨੇ ਤੇ ਠੀਕ ਹੋ ਜਾਂਦੀਆਂ ਨੇ, ਜ਼ਹਿਰ ਨਿਕਲ ਜਾਂਦਾ। ਜ਼ਹਿਰ ਨਿਕਲ ਜਾਂਦਾ। ਠੀਕ ਹੈ, ਤੇ ਇਸ ਤਰ੍ਹਾਂ ਬਸ ਕਈ ਮਰ ਵੀ ਜਾਂਦੀਆਂ ਨੇ। ਦੇਣੀ ਪੈਂਦੀ ਹੈ ਜੀ। ਕੈਪਸੂਲ ਕਾਹਦੇ ਦਿੰਦੇ ਹੋ? ਕੈਪਸੂਲ ਡਾਕਟਰ ਕੋਲ ਲਿਆਈ ਦੇ ਨੇ ਹਸਪਤਾਲੋਂ। ਅੱਛਾ, ਉਹ ਲਿਆ ਕੇ ਦਿੰਦੇ ਹਾਂ। ਠੀਕ, ਉਹਦੇ ਨਾਲ ਦਰਾਏ ਵੇਖੇ ਜਾਂ ਮੈਡੀਕਲ। ਅੱਛਾ, ਬੱਕਰੀ ਤਾਜ਼ੀ ਸੂਈ ਹੋਏ ਤਾਂ ਉਹਨੂੰ ਕੀ ਦੇਈਦਾ? ਤਾਜ਼ੀ ਸੂਈ ਨੂੰ ਕੁਝ ਵੀ ਨਹੀਂ ਅਸੀਂ ਦਿੰਦੇ। ਇੱਕ ਬੰਦੇ ਨੇ ਮੇਰੇ ਕੋਲ ਸਵਾਲ ਪੁੱਛਿਆ ਕਿ ਬੱਕਰੀ ਤਾਜ਼ੀ ਸੂਈ ਹੈ ਤਾਂ ਉਹਨੂੰ ਕੀ ਦੇਣਾ ਚਾਹੀਦਾ? ਨਹੀਂ, ਤਾਜ਼ੀ ਸੂਈ ਨੂੰ ਕੁਝ ਵੀ ਨਹੀਂ ਅਸੀਂ ਦਿੰਦੇ, ਇਸ ਵਾਸਤੇ ਕਿ ਉਹਨੂੰ ਦਈਏ ਤਾਂ ਉਹ ਸਦਾ ਦੁੱਧ 'ਤੇ ਕੋਈ ਅਸਰ ਪੈ ਜੇ। ਅੱਛਾ, ਕਈਆਂ ਸਹੀ ਰਹਿੰਦੀਆਂ ਨੇ ਅਤੇ ਨੁਕਸਾਨ ਵੀ ਹੋ ਜਾਂਦਾ। ਅਗਰ ਇੱਕ ਬੱਕਰੀ ਕੋਲ ਦੁੱਧ ਬਹੁਤਾ ਹੋਏ ਤਾਂ ਬੱਚੇ ਨੂੰ ਸਾਰਾ ਪੀਣ ਦੇਣਾ ਚਾਹੀਦਾ ਜਾਂ ਉਹਨੂੰ ਕੋਈ ਕਰਨਾ ਚਾਹੀਦਾ? ਸਾਰਾ ਨਹੀਂ ਪੀਣ ਦੇਣਾ ਚਾਹੀਦਾ, ਸਾਰਾ ਪੀਏ ਉਦੋਂ ਉਸਨੂੰ ਸਾਰਾ ਪਿਆਉਣਾ ਚਾਹੀਦਾ ਜਦੋਂ ਬੱਚਾ ਕੋਈ ਹੋਸ਼ ਫਟ ਜਾਏ, ਦੌੜੇ ਭੱਜੇ, ਉਦੋਂ ਪਿਆ ਜਿੰਨਾ ਮਰਦੀ ਹੈ ਪੀਏ। ਠੀਕ ਹੈ, ਅਤੇ ਛੋਟੇ ਬੱਚੇ ਨੂੰ ਦੁੱਧ ਸਾਰਾ ਪਿਆ ਦੋ ਅਤੇ ਭੈਣ ਮਰ ਜਾਏਗਾ। ਕਿੰਨੀ ਇੱਕ ਵਾਰੀ ਉਹਨੂੰ ਦਿਹਾੜੀ 'ਚ ਕਿੰਨਾ ਪਿਲਾਉਣਾ ਚਾਹੀਦਾ? ਦਿਹਾੜੀ 'ਚ ਤਰੇ ਵਾਰੀ ਉਹਨੂੰ ਪਿਓ, ਥੋੜ੍ਹਾ ਜਿੰਨਾ ਕੁ ਪੀ ਸਕੇ। ਠੀਕ ਹੈ, ਜਿੰਨਾ ਕੁ ਪਚਾ ਸਕੇ। ਠੀਕ, ਇਹ ਬਜ਼ੁਰਗੋ ਇਹ ਦੱਸੋ ਕਿ ਤੁਹਾਡੇ ਕੋਲ ਬੱਕਰੀ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਤੁਸੀਂ ਰੱਖੀਆਂ ਨੇ? ਪਾਣਾ ਕੀ ਅਸੀਂ ਤੇ ਹੁਣ ਕੁਝ ਵੀ ਨਹੀਂ ਪਾਉਂਦੇ, ਅਸੀਂ ਬਸ ਚਰਾਏ ਦੇ ਰਹਿੰਦੇ ਹਾਂ, ਚਾਰਨੀਆਂ ਬਸ, ਹੋਰ ਅਸੀਂ ਕੁਝ ਵੀ ਨਹੀਂ ਪਾਉਂਦੇ ਅੱਜ ਕੱਲ੍ਹ। ਦਿਹਾੜੀ ਦਾ ਕਿੰਨਾ ਖਰਚਾ ਹੋ ਜਾਂਦਾ? ਕੁਝ ਵੀ ਨਹੀਂ ਖਰਚਾ, ਬਿਲਕੁਲ ਫ੍ਰੀ। ਹੁਣ ਕੋਈ ਖਰਚਾ ਨਹੀਂ, ਹੁਣ ਤੇ ਬਾਹਰ ਖੋਲਣੇ ਆ, ਰੱਜ ਕੇ ਜਾਂਦੀਆਂ ਨੇ। ਸਾਡੇ ਖਰਚਾ ਹੈ ਜਿਹੜਾ ਤੁਹਾਡਾ ਕਹਦਾ ਖਰਚਾ, ਤੁਹਾਡੇ ਗੋਡੇ ਸਹੀ ਹੋ ਜਾਂਦੇ ਨੇ, ਨਾਲੇ ਗੱਪਾਂ ਲਾ ਲੈਂਦੇ ਹੋ। ਗੋਡੇ ਸਹੀ ਤੇ ਗੱਪਾਂ ਬੇ ਲਾਨੇ ਆ, ਸਾਰੇ ਗੱਪਾਂ ਬੇ ਲਾਨੇ ਆ, ਰੰਡੇ ਬੰਦੇ ਨਹੀਂ, ਬੁੱਢੀਆਂ ਸਾਡੀਆਂ ਨਹੀਂ। ਨਹੀਂ, ਇਹ ਰੰਡਿਆਂ ਦਾ ਕਾਰੋਬਾਰ ਹੈ, ਰੰਡਿਆਂ ਦਾ। ਅੱਜ ਭੱਜ ਕੋ ਬਹਿਣ ਦੀ ਥਾਂ ਨਹੀਂ ਤੇ ਹੱਥਾਂ ਪੈਰ ਕੋ ਨਹੀਂ, ਤੁਸੀਂ ਚਾਰ ਨਹੀਂ ਸਕਦੇ ਜਾਂ ਖੇਤ ਦਸਤਿਆਬ ਨਹੀਂ ਹੁੰਦੇ, ਉਹਨਾਂ ਦਿਨਾਂ ਚ ਤੁਸੀਂ ਇਹਨਾਂ ਨੂੰ ਕੀ ਪਾਉਂਦੇ? ਉਦੋਂ ਇਹਨਾਂ ਨੂੰ ਕਿਤਾਬਾਂ ਪਾਉਂਦੇ, ਪੌਦਾ ਆਮ ਤੂੜੀ ਜਾਂ ਬਰੀਕ ਕਰਕੇ? ਬਰੀਕ ਤੂੜੀ ਘੋੜਿਆਂ ਦੀ। ਤੂੜੀ ਮੁੱਲ ਲੈਂਦੇ ਹੋ ਜਾਂ ਮਸ਼ੀਨ ਰੱਖੀ ਜੇ ਕੋਈ? ਮੁੱਲ ਨਹੀਂ, ਮੁੱਲ ਜੀ 200 ਰੁਪਏ ਧੜੀ। 200 ਰੁਪਏ ਧੜੀ, ਉਹਦੇ ਵਿੱਚ ਕੀ ਲਾਉਂਦੇ ਹੋ? ਉਹਦੇ ਵਿੱਚ ਚੋਕਰ ਤੇ ਕਰਾ ਕਰਾ
ਬੱਕਰੀ ਖਾ ਜਾਂਦੀ ਇੱਕ ਦਿਹਾੜੀ ਜੀ ਤੂੰ ਬਾਹਰ ਨਹੀਂ ਖੋਲਦੇ ਉਦੋਂ ਕੋਈ ਖਾ ਜਾਂਦੀ ਕਿਲੋ 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 ਕਰਾ ਤੇ ਕਿਲੋ ਚੋਖਰ ਅੱਧਾ ਕਿਲੋ ਕਰ ਅੱਧਾ ਕਿਲੋ ਕਰਾ ਤੇ ਕਿਲੋ ਚੋਖਰ ਤੇ ਤੂੜੀ ਨਾਲ ਕਿੰਨੀ ਕ ਤੇ ਤੂੜੀ ਨਾਲ ਕੋ ਪਾਸ ਹੈ ਤੂੜੀ ਪਾਣੀ ਤੂੜੀ ਜਾੜੀ ਚ ਕਿੰਨੀ ਇੱਕ ਦਫਾ ਪਾਣੀ ਪਲਾਉਂਦੇ ਹੋ ਪਾਣੀ ਦੇ ਪਿੰਦੀਆਂ ਰਹਿੰਦੀਆਂ ਜੇ ਇਹ ਰਹਿੰਦੀਆਂ ਨੇ ਜਿੰਨੀ ਵਾਰ ਮਰਜ਼ੀ ਪਲਾ ਲਓ ਪਾਣੀ ਦਾ ਯਾਨੀ ਇੰਤਜ਼ਾਮ ਇਹਨਾਂ ਕੋ ਹਰ ਵਕਤ ਹੋਣਾ ਚਾਹੀਦਾ ਤੇ ਘਰ ਇਹਨਾਂ ਨੂੰ ਬੰਨ ਕੇ ਰੱਖਣਾ ਚਾਹੀਦਾ ਜਾਂ ਖੁੱਲਾ ਰੱਖਣਾ ਚਾਹੀਦਾ ਬੰਨ ਕੇ ਉਦੋਂ ਫਿਰ ਬਜਦੀ ਨੇ ਬਾਹਰ ਜਗ੍ਹਾ ਕੋਈ ਨਹੀਂ ਹੁੰਦੀ ਉਹਦੇ ਬੰਨ ਛੱਡੀ ਦੀਆਂ ਨੇ 5-10 ਮਰਲੇ ਚ ਕਿੰਨੀਆਂ ਕੁ ਬੱਕਰੀਆਂ ਰੱਖੀਆਂ ਜਾ ਸਕਦੀਆਂ ਨੇ 5-10 ਮਰਲੇ ਚ ਬੱਕਰੀ ਰੱਖੀ ਜਾਂਦੀ 100 ਬੱਕਰੀ ਰਹਿ ਜਾਂਦੀ ਅੱਛਾ 5-10 ਮਰਲੇ ਥਾਂ ਹੋਵੇ ਨਾ ਆਪਣਾ ਜੀ ਜੀ ਤੇ ਜਿਹੜੀ ਛੋਟਾ ਬੱਚਾ 2-3 ਮਹੀਨੇ ਦਾ ਉਹ ਕਿੰਨੇ ਦਾ 5000 ਚਾਚਾ ਜੀ ਇਹਦੀ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਦੀ ਕੀ ਰੂਟੀਨ ਹੈ ਸੁਬਹਾ ਹੁਣ ਖੋਲ ਲੈ ਜਾਂਦਾ 7 ਵਜੇ ਨਾਲ ਠੀਕ ਹੈ 7 ਵਜੇ ਖੋਲ ਕੇ ਤੇ ਹੁਣ 12 ਵਜੇ ਘਰ ਲੈ ਜਾਣੀਆਂ ਠੀਕ ਹੈ ਘਰ ਜਾ ਕੇ 2 ਘੰਟੇ ਇਹਨਾਂ ਨੂੰ ਬੰਨਣਾ ਠੀਕ ਹੈ ਆਪੀ ਵੀ ਰੋਟੀ ਖਾਣੀ ਰੈਸਟ ਕਰਨੀ ਹੈ ਠੀਕ ਹੈ ਫਿਰ ਉਧਰੋਂ ਨਾ ਕੋਈ 3 ਵਜੇ ਫਿਰ ਖੋਲ ਲੈਣੀਆਂ ਨੇ ਫਿਰ ਸ਼ਾਮ ਨੂੰ 6-6:30 ਘਰ ਖੜੀ ਨੇ ਇਹਨਾਂ ਰੱਜ ਕੇ ਜਾਣਾ ਬਾਹਰੋਂ ਠੀਕ ਹੈ ਹਾਂ ਆਪਣੀ ਪਹਿਲੀ ਵੀ ਹੋਣਾ ਜ਼ਰੂਰੀ ਹੈ ਕਿ ਉਂਝ ਵੀ ਬੱਕਰੀਆਂ ਰੱਖੀਆਂ ਜਾ ਸਕਦੀਆਂ ਲਟੈਰ ਬੰਦੇ ਆ ਸਾਨੂੰ ਤੇ ਚਲੋ ਕੋਈ ਨੀ ਹੁਣ ਬੱਚੇ ਨੇ ਜਿਹਨਾਂ ਦੇ ਅੱਗੋਂ ਬੱਚੇ ਹੋਣ ਉਹ ਰੋਜ਼ 500 ਰੁਪਇਆ ਘਰ ਨੂੰ ਬੈਠੇ ਉਹਨਾਂ ਦਾ ਖਰਚਾ ਨੀ ਪੂਰੇ ਘਰਾਂ ਦੇ ਇਹ ਬੇਕਾਰ ਬੰਦੇ ਜਿਹੜੇ ਨੇ ਉਹਨਾਂ ਦਾ ਕੰਮ ਹੈ ਜਵਾਨ ਬੰਦਾ ਨਾ ਕਰੇ ਜਵਾਨ ਬੰਦਾ ਕਰੇ ਪਿਛਾ ਕਰਨਾ ਵੀ ਚਾਹੀਦਾ ਇਹਦੇ ਸਾਫ਼ ਆਇਆ ਨੁਕਸਾਨ ਵੀ ਕੋਈ ਨਹੀਂ ਪਰ ਇਹ ਰੋਜ਼ ਦੇ ਰੋਜ਼ ਤੇ ਨਹੀਂ ਨਾ ਖਰਚੇ ਪਰਚੇ ਲੱਭਦੇ ਘਰਾਂ ਖੁੱਲੀਆਂ ਜ਼ਮੀਨਾਂ ਹੋਣ ਨਾ ਤੇ ਉੱਥੇ ਵਾਰ ਖਾਣੀ 100-150 ਬੱਕਰੀ ਰੱਖੀ ਹੋਏ ਤੇ ਰੋਜ਼ ਦੇ ਰੋਜ਼ ਨੂੰ ਬੱਕਰੀਆਂ ਵੇਚ-ਵੇਚ ਘਰ ਦੇ ਖਰਚੇ ਚਲਾਈ ਜਦੋਂ ਮੁੱਕ ਜਾਣਗੀਆਂ ਅੱਛਾ ਪਿੱਛੋਂ ਪੈਦਾਵਾਰ ਹੋ ਨਹੀਂ ਜਾਣੀ ਕਿ ਤਿਆਰ ਨਹੀਂ ਹੁੰਦੀ ਅੱਗੋਂ ਜਿਹੜੀ ਬੱਕਰੀ ਸੁਣਦੀ ਹੈ ਅਜੋ ਤੇ ਫਿਰ ਕਦੇ ਹੀ ਜਾ ਕੇ ਆਇਆ ਨਾ ਪਰ ਇਹਦੇ 'ਚ ਇਜ਼ਾਫਾ ਬੜਾ ਹੈ ਅੱਲਾ ਪਾਕ ਇਹਨਾਂ ਨੂੰ ਜ਼ਿੰਦਗੀ ਦੇ ਬੱਚੀਆਂ ਰਹਿਣ ਤੇ ਅੱਜ ਘਾਟਾ ਕੋਈ ਨਹੀਂ ਉਹ ਹੀ ਇਹਨਾਂ ਪਿੱਛੋਂ ਇਜ਼ਾਫਾ ਹੋਈ ਜਾਏ ਤਾਂ ਅੱਗੋਂ ਤੁਸੀਂ ਸੇਲ ਕਰੀ ਜਾਇਓ ਇਹ ਕੰਮ ਹੈ ਬਹੁਤਾ ਸਾਡੇ ਜਿਹਾ ਬੰਦਿਆਂ ਦਾ ਤੇ ਇਹ ਦੱਸ ਛੱਡੋ ਕਿ ਬੱਕਰੀ ਦੀ ਕਿਹੜੀ ਨਸਲ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਹੈ ਟੈਡੀ 'ਚ ਟੈਡੀ ਸਭ ਤੋਂ ਬਹੁਤਾ ਫਾਇਦਾ ਟੈਡੀ ਹੁਣ ਮੇਰੇ ਕੋਲ ਇੱਕ ਬੱਕਰੀ ਹੈ ਅਗਲੇ ਦਿਨ ਸੂਈ ਹੈ ਮਹੀਨਾ ਹੋਇਆ ਸੂਈ ਦਾ ਕੋਈ ਫਿਰ ਸੂਣ ਵਾਲੀ ਹੋ ਗਈ ਹੈ ਅੱਛਾ ਹਾਂ ਮਹੀਨੇ ਬਾਅਦ ਫਿਰ ਸੂਣ ਵਾਲੀ ਹੋ ਗਈ ਹੈ ਇਹਨੇ 5 ਮਹੀਨੇ ਨੂੰ ਫਿਰ ਸੂ ਪੈਣਾ ਹਾਂਜੀ ਫਿਰ ਸੂਈ ਨੂੰ ਮਹੀਨਾ ਹੋਣਾ ਤੇ ਫਿਰ ਇਹਨੇ ਬਣ ਜਾਣਾ ਇਹ ਬੱਚੇ ਕਿੰਨੇ ਦਿੰਦੀ ਜੇ ਦੋ ਵਾਰੀ ਸੂ ਪੈਂਦੀਆਂ ਇਹਨਾਂ ਚ ਬੜਾ ਫਾਇਦਾ ਸ਼ੁਕਰੀਆ ਚਾਚਾ ਜੀ